ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇਸ ਵੀਡੀਓ 'ਚ ਤੁਸੀਂ ਕੁੰਨੀ ਦਾ ਸੁਪਰ ਸੀਡ ਅਤੇ ਸਵਰਾਜ ਨੂੰ ਸਪਰੇਟ ਟਰੈਕਟਰ 'ਤੇ ਚੱਲਦਾ ਦੇਖ ਸਕਦੇ ਹੋ। ਇਹ ਸੁਪਰ ਸੀਡਰ ਦੇ 12 ਕੋਰਾਂ ਦੀ ਕਿਰਨ ਵਾਲੀਆਂ ਅਤੇ ਸਫਾਈ ਵੀ ਪੂਰੀ ਹੈ ਇਹਦੇ 'ਚ ਅਤੇ ਪੂਰੀ ਤਰ੍ਹਾਂ ਇਹ ਮਿਕਸ ਕਰ ਰਿਹਾ ਪਰਾਲੀ ਨੂੰ। ਕਈ ਕਿਸਾਨ ਵੀਰ ਕਹਿੰਦੇ ਆ ਵੀ ਬਹੁਤ ਜ਼ੋਰ ਰਹਿੰਦਾ ਸੁਪਰ ਸੀਡਰ ਟਰੈਕਟਰ 'ਤੇ, ਪਰ ਇਹ ਕੋਈ ਵੀ 55 ਹਾਊਸ ਪਾਵਰ ਟਰੈਕਟਰ 'ਤੇ ਚੱਲ ਸਕਦਾ। 963 ਤਾਂ 60 ਹਾਊਸ ਪਾਵਰ ਹੈ, ਪਰ 55 ਹਾਊਸ ਪਾਵਰ ਵੀ ਵਧੀਆ ਖਿੱਚ ਸਕਦਾ। ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਰੋਟਰਾਵੇਟਰ ਨਾਲ ਥੋੜ੍ਹਾ ਜਿਹਾ ਜ਼ੋਰ ਜ਼ਿਆਦਾ ਲੈਣਾ, ਇੰਨੀ ਜ਼ਿਆਦਾ ਕੋਈ ਖਿਚਾਈ ਵਾਲੀ ਦਿੱਕਤ ਨਹੀਂ ਹੈ ਅਤੇ ਸਫਾਈ ਵੀ ਪੂਰੀ ਆ ਰਹੀ ਹੈ। ਪੂਰੀ ਝੋਨੇ ਦੀ ਕਟਾਈ ਬਿਲਕੁਲ ਮਸ਼ੀਨ ਨਾਲ ਕੀਤੀ ਗਈ ਹੈ, ਪਰ ਵਧੀਆ ਇਹ ਸਾਰੇ ਚਰਚੇ ਨੂੰ ਥੱਲੇ ਦੱਬ ਰਿਹਾ ਅਤੇ ਸਫਾਈ ਪੂਰੀ ਆ ਰਹੀ ਹੈ। ਦੇਖ ਸਕਦੇ ਹਾਂ ਨਵਾਂ ਟਰੈਕਟਰ ਹੈ ਅਤੇ ਬਹੁਤ ਵਧੀਆ ਚੱਲ ਰਿਹਾ ਸੁਪਰ ਸੀਡਰ 'ਤੇ, ਕੁੰਨੀ ਦਾ ਸੁਪਰ ਸੀਡਰ ਹੈ ਜੀ। ਤੇਲ ਦਾ ਕੋਈ ਜ਼ਿਆਦਾ ਖਰਚਾ ਨਹੀਂ ਹੈ ਇਹਦਾ ਅਤੇ ਸੁਪਰ ਸੀਡਰ ਵੀ ਰੈਲਾ ਚੱਲ ਰਿਹਾ, ਕੋਈ ਐਡੀ ਹੈਵੀ ਲੋਡ ਵਾਲੀ ਗੱਲ ਨਹੀਂ ਹੈਗੀ। ਅਤੇ ਬਾਕੀ ਜੋ ਕਿਸਾਨ ਵੀਰ ਕਿਸੇ ਹੋਰ ਟਰੈਕਟਰ ਦਾ ਸੁਪਰ ਸੀਡਰ 'ਤੇ ਦੇਖਣਾ ਚਾਹੁੰਦੇ ਡੈਮੋ, ਤਾਂ ਕਮੈਂਟਾਂ 'ਚ ਜ਼ਰੂਰ ਦੱਸੋ ਜੀ। ਅਤੇ ਨਾਲ ਦੀ ਨਾਲ ਹੀ ਫਾਰਮਰ ਵੈਲਫੇਅਰ ਹੱਬ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਅਪਡੇਟਾਂ ਬਾਰੇ ਪਤਾ ਚੱਲ ਸਕੇ। ਧੰਨਵਾਦ ਦੋਸਤੋ, ਮਿਹਰਬਾਨੀ।